ਸਾਧ ਸੰਗਤ ਅੱਜ ਆਪਾਂ ਖਾਸ ਵਿਸ਼ੇ ਤੇ ਕੁਝ ਬੇਨਤੀਆਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਕਰਨੀਆਂ ਨੇ ਬਹੁਤ ਜ਼ਰੂਰੀ ਬੇਨਤੀਆਂ ਨੇ ਸਾਧ ਸੰਗਤ ਅੱਜ ਆਪਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਉਹਨਾਂ ਸਿੰਘਾਂ ਦੀ ਗੱਲ ਜ਼ਰੂਰ ਕਰਾਂਗੇ ਪੰਜਾਬ ਦੀਆਂ ਵੱਖੋ-ਵੱਖਰੀਆਂ ਜੇਲਾਂ ਦੇ ਵਿੱਚ ਬੰਦ ਉਹਨਾਂ ਸਿੰਘਾਂ ਦੀ ਗੱਲ ਜ਼ਰੂਰ ਕਰਾਂਗੇ ਜਿਹੜੇ ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਜ਼ਿੰਦਗੀ ਦੇ ਡੇਢ ਦਹਾਕੇ ਤੋਂ ਉਹ ਜੇਲਾਂ ਦੇ ਵਿੱਚ ਬੰਦ ਨੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਕਾਰਨ ਕੀ ਹੈ ਕੌਣ ਹੈ ਜੋ ਸਿੱਖ ਵਿਰੋਧੀ ਹੈ ਇਸ ਵਿਸ਼ੇ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਨੌਜਵਾਨ ਸਾਡੇ ਬੰਦ ਨੇ ਇਹ ਨਾ ਸਮਝੋ ਕਿ ਉਹ ਇੰਨੇ ਕੀ ਨੇ ਕੁਝ ਅੰਮ੍ਰਿਤਸਰ ਬੰਦ ਨੇ ਕੁਝ ਹੋਰ ਫਰੀਦਕੋਟ ਜਾਂ ਸ਼ਾਇਦ ਕਪੂਰਥਲੇ ਜੇਲ੍ਹ ਦੇ ਵਿੱਚ ਬੰਦ ਨੇ ਤੇ ਲਗਭਗ ਇਹ ਜਿਹੜੀ ਗਿਣਤੀ ਹੈ ਨਾ ਇਹ 26 27 ਤੇ ਉਸ ਤੋਂ ਵੀ ਵਧੇਕ ਕਿਤੇ ਵੱਧ ਪਲੱਸ ਇਹ ਗਿਣਤੀ ਹੈ ਲਗਾਤਾਰ ਇਹ ਗਿਣਤੀ ਜਿਹੜੀ ਹੈ ਉਹ ਪਲੱਸ ਹੋਈ ਹੈ ਮਾਈਨਸ ਨਹੀਂ ਹੋਈ ਤੇ ਡਿਬਰੂਗੜ ਜੇਲ ਦੇ ਵਿੱਚ ਜਿਹੜੇ ਨੌਜਵਾਨ ਮੌਜੂਦ ਨੇ ਉਹ ਟੋਟਲ ਅਮਰਿਤਪਾਲ ਸਿੰਘ ਦੇ ਸਮੇਤ 10 ਜਾਣੇ ਨੇ ਹੁਣ ਡਿਬਰੂਗੜ ਜੇਲ ਦੇ ਵਿੱਚ ਜਿਹੜੇ ਸਮਾਂ ਕੱਟ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਕਿਹੋ ਜਿھے ਸਮੇਂ ਵਿੱਚ ਉਹ ਲੰਘ ਰਹੇ ਨੇ ਕੀ ਪੋਜੀਸ਼ਨ ਹੈ ਕੀ ਅਸਲ ਦੇ ਵਿੱਚ ਜੇਲ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਾਹੌਲ ਮਿਲਦਾ ਪਰ ਅਸੀਂ ਕੁਝ ਹੋਰ ਪਾਸੇ ਤੁਰੇ ਹੋਏ ਆ ਅਸੀਂ ਸੋਸ਼ਲ ਮੀਡੀਆ ਤੇ ਲਗਾਤਾਰ ਖਬਰਾਂ ਜਿਹੜੀਆਂ ਨੇ ਉਹ ਫਲਾਉਨੇ ਆ ਕੋਈ ਕਹਿੰਦਾ ਐ ਅਮਰਿਤਪਾਲ ਸਿੰਘ ਪਾਗਲ ਹੋ ਗਿਆ ਕੋਈ ਕਹਿੰਦਾ ਜੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਆਖਰਕਾਰ ਇਹ ਚੀਜ਼ਾਂ ਕਿਉਂ ਹੁੰਦੀਆਂ ਨੇ ਕੁਝ ਲੋਕ ਆਪਣੇ ਵਿਊ ਲੈਣ ਦੇ ਮਾਰੇ ਸੋਸ਼ਲ ਮੀਡੀਆ ਤੇ ਸਭ ਕੁਝ ਕਰਦੇ ਨੇ ਹਰੇਕ ਬੰਦੇ ਨੂੰ ਉਡੀਕ ਐ ਅਮਰਿਤਪਾਲ ਸਿੰਘ ਦੀ ਹਰੇਕ ਬੰਦੇ ਨੂੰ ਇਹ ਉਡੀਕ ਹੈ ਖਬਰ ਸੁਣਨ ਦੀ ਕਿ ਕਦੋਂ ਇਹ ਸਰਕਾਰ ਫੈਸਲਾ ਕਰੇ ਅਮਰਿਤਪਾਲ ਸਿੰਘ ਦੀ ਰਿਹਾਈ ਹੋਵੇ ਜਦੋਂ ਵੀ ਕੋਈ ਅਮਰਿਤਪਾਲ ਦੇ ਰਿਲੇਟਡ ਵਾਰਸ ਪੰਜਾਬ ਜੱਥੇਬੰਦੀ ਦੇ ਰਿਲੇਟਡ ਕੋਈ ਖਬਰ ਆਉਂਦੀ ਹੈ ਸੋ ਪਿਆਰਿਓ ਹਰ ਕੋਈ ਬੰਦਾ ਪਹਿਲ ਦੇ ਆਧਾਰ ਤੇ ਵੇਖਦਾ ਕਿਉਂ ਕਿ ਉਡੀਕ ਹੈ ਵੀ ਕਿਤੇ ਕੋਈ ਫੈਸਲਾ ਹੀ ਨਾ ਆ ਗਿਆ ਹੋਵੇ ਪਰ ਕੁਝ ਬੰਦੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਅਮਰਤਪਾਲ ਪਾਗਲ ਹੋ ਗਿਆ ਜੀ ਉਹਨੂੰ ਰੋਟੀ ਨਹੀਂ ਮਿਲਦੀ ਜੀ ਐ ਹੋ ਗਿਆ ਜੀ ਉਹ ਬਿਮਾਰ ਹੋ ਗਿਆ ਜੀ ਉਥੇ ਐ ਹੁੰਦਾ ਜੀ ਉਹਦੇ ਸਾਥੀ ਐ ਨੇ ਜੀ ਅਮਰਤ ਪਾਲ ਇੱਕ ਨੇ ਤੇ ਕਮਾਲ ਹੀ ਕਰਤੀ ਉਹ ਕਹਿੰਦਾ ਜੀ ਅਮਰਤਪਾਲ ਨੇ ਜੇਲ੍ਹ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਦੇਖੋ ਜੀ ਇਹ ਸਾਡੀ ਕਿਰਦਾਰ ਕੁਸ਼ੀ ਨਹੀਂ ਹੈ ਇਪ ਸਿੱਖਾਂ ਦੇ ਨਾਮ ਦੇ ਉੱਤੇ ਇੱਕ ਅਜਿਹਾ ਚਿਹਰਾ ਨਹੀਂ ਜੋ ਬਦਨਾਮ ਕਰਨ ਦੇ ਲਈ ਲਾਇਆ ਗਿਆ ਵੀ ਹਾਂ ਜੀ ਉੱਤੇ ਐ ਹੋ ਗਿਆ ਜੀ ਉਥੋਂ ਅਮਰਤਪਾਲ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਬਦਨਾਮ ਕਰ ਦਿਓ ਜੀ ਵੀ ਉਹਨੂੰ ਜੇਲ ਬੁਰੀ ਲੱਗਦੀ ਹੈ ਜੀ ਐਂ ਕਰ ਦਿਓ ਫਿਰ ਉਹ ਫੋਕੇ ਦਾਵੇ ਉਹਦੇ ਕੀਤੇ ਹੋਏ ਇਹ ਦਾਵੇ ਜਿਹੜੇ ਨੇ ਆਪਣੇ ਆਪ ਮਿੱਟੀ 'ਚ ਮਿਲ ਜਾਣਗੇ ਇਹ ਨਹੀਂ ਇਹ ਨਹੀਂ ਹੈ ਲੱਗਦਾ ਨਾ ਵੀ ਕਿਤੇ ਨਾ ਕਿਤੇ ਇਹ ਚਿਹਰਾ ਸ਼ਾਮਲ ਹੈ ਲੱਗਦਾ ਨਾ ਵੀ ਕਿਤੇ ਨਾ ਕਿਤੇ ਇਹ ਜਿਹੜੀ ਹੈ ਗੱਲਬਾਤ ਵਿੱਚ ਸ਼ਾਮਲ ਹੈ ਸਾਤ ਸੰਗਤ ਇਸ ਕਰਕੇ ਮੈਂ ਬੇਨਤੀਆਂ ਕਰਦਾ ਹੁਣਾ ਕਿ ਜ਼ਾਦ ਰੱਖਿਓ ਕਿ ਸਿੱਖ ਵਿਰੋਧੀ ਚਿਹਰੇ ਹਜੇ ਸਾਹਮਣੇ ਆਉਣੇ ਹੋਰ ਵੀ ਬਾਕੀ ਨੇ ਸਿੱਖ ਵਿਰੋਧੀ ਚਿਹਰੇ ਜਿਹੜੇ ਨੇ ਉਹ ਹੋਰ ਵੀ ਹਜੇ ਸਾਹਮਣੇ ਆਉਣਗੇ ਹਜੇ ਐਨੇ ਖੁਸ਼ ਨਾ ਹੋਵੋ ਤੇ ਇਹ ਨਾ ਕਹੋ ਵੀ ਹਾਂ ਜੀ ਫਲਾਣਾ ਚੰਗਾ ਜੀ ਇਹ ਚੰਗਾ ਜੀ ਨਾ ਨਾ ਸਿੱਖ ਵਿਰੋਧੀ ਚਿਹਰੇ ਹੋਰ ਵੀ ਸਾਹਮਣੇ ਆਉਣਗੇ ਕੱਲਾ ਭਗਵਾਨ ਤਮਾਨ ਨਹੀਂ ਅਕਾਲੀ ਦਲ ਨੇ ਬਹੁਤ ਨੁਕਸਾਨ ਕੀਤਾ ਜੀ ਪੰਥ ਦਾ ਕਾਂਗਰਸ ਨੇ ਤੇ ਜੋ ਕੀਤਾ ਉਹ ਹੱਦੋਂ ਪਾਰ ਹੋ ਗਿਆ ਤੇ ਅੱਜ ਦੇ ਜ਼ਮਾਨੇ ਵਿੱਚ ਵੀ ਅਕਾਲੀ ਦਲ ਨੇ ਜਿੰਨਾ ਨੁਕਸਾਨ ਕੀਤਾ ਹੈ ਪੰਥ ਦਾ ਉਹਨਾਂ ਕਿਸੇ ਨੇ ਨਹੀਂ ਕੀਤਾ ਕਾਂਗਰਸ ਨੇ ਤੇ ਜਿੰਨਾ ਨੁਕਸਾਨ ਕੀਤਾ ਉਹਦੀ ਪਰਪਾਈ ਨਹੀਂ ਹੋ ਸਕਦੀ ਕਾਂਗਰਸ ਨੇ ਜਿੰਨਾ ਨੁਕਸਾਨ ਕੀਤਾ ਉਹਦੀ ਪਰਪਾਈ ਬਿਲਕੁਲ ਹੀ ਨਹੀਂ ਹੋ ਸਕਦੀ ਇਹ ਗੱਲ ਦਾ ਯਾਦ ਰੱਖਿਓ ਪਰ ਇੱਕ ਬੇਨਤੀ ਕਰਾਂ ਜੋ ਭਗਵੰਤ ਮਾਨ ਸਰਕਾਰ ਕਰੂਗੀ ਨਾ ਜੋ ਇਹਨਾਂ ਲੋਕਾਂ ਨੇ ਕਰਨਾ ਹੈ ਕਾਂਗਰਸ ਦੇ ਵਾਂਗ ਉਹਦੀ ਪਰਭਾਈ ਵੀ ਨਹੀਂ ਹੋਣੀ ਸਾਡੇ ਤੋਂ ਇਹ ਯਾਦ ਰੱਖਿਓ ਇਹ ਕੁਰਸੀਆਂ ਦੇ ਮਾਰੇ ਨੇ ਕੁਰਸੀਆਂ ਦੇ ਕਲਾਲਤ ਦੇ ਵਿੱਚ ਕੁਰਸੀਆਂ ਦੇ ਇਸ ਪਖੰਡ ਦੇ ਵਿੱਚ ਇਹ ਲੋਕ ਲੱਗੇ ਰਹਿਣਗੇ ਤੇ ਅਸੀਂ ਲੋਕ ਇਹਨਾਂ ਦੇ ਮਗਰ ਲੱਗੇ ਰਵਾਂਗੇ ਤੇ ਅਸੀਂ ਸੋਚਾਂਗੇ ਵੀ ਇਹ ਚੰਗਾ ਹੈ ਜੀ ਉਹ ਚੰਗਾ ਹੈ ਸਾਨੂੰ ਇਹ ਭਲੇਵੇਂ ਦੇ ਕੇ ਭਲੋਸੇ ਦੇ ਕੇ ਇਹ ਮਗਰ ਸਾਡੇ ਚੱਲਦੇ ਰਹਿਣਗੇ ਤੇ ਆਪਣੀਆਂ ਸਰਕਾਰਾਂ ਬਣਾਉਂਦੇ ਰਹਿਣਗੇ ਸਰਕਾਰਾਂ ਬਣ ਗਈਆਂ ਅਸੀਂ ਫੇਰ ਪਛਤਾਵਾਂਗੇ ਵੀ ਇਹ ਕੀ ਹੋ ਗਿਆ ਆ ਕੀ ਕਰ ਬੈਠੇ ਸਾਧ ਸੰਗਤ ਪਹਿਲੀ ਗੱਲ ਇਹ ਅਸੀਂ ਗੱਲ ਫੈਲਾਉਣੀ ਬੰਦ ਕਰੀਏ ਜੋ ਝੂਠੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਕੀ ਕਰ ਰਹੇ ਹਾਂ ਕਦੇ ਸੋਚਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਪੂਰੀ ਮਾਨਵਤਾ ਦੇ ਗੁਰੂ ਨੇ ਹਰ ਇੱਕ ਦੇ ਗੁਰੂ ਨੇ ਉਹਦੇ ਲਈ ਅਸੀਂ ਕੀ ਕੀਤਾ ਕਦੇ ਝਾਤ ਮਾਰੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਸਾਨੂੰ ਕਿੰਨਾ ਕੋ ਦੁੱਖ ਹੈ ਕਦੇ ਵਿਚਾਰਿਆ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 328 ਰੂਪ ਗਾਇਬ ਹੋ ਜਾਂਦੇ ਨੇ ਕਦੇ ਅਸੀਂ ਹਾਂ ਦਾ ਨਾਰਾ ਮਾਰਿਆ ਵੀ ਗਲਤ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੋਈ ਬੇਅਦਬੀ ਦਾ ਇਨਸਾਫ ਮੰਗ ਰਹੀ ਸੰਗਤ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਕਦੇ ਅਸੀਂ ਸੋਚਿਆ ਕਿ ਇਹ ਕਿਉਂ ਹੋਇਆ ਕਦੇ ਵਿਰੋਧ ਕੀਤਾ ਇਹ ਚੀਜ਼ਾਂ ਦਾ ਨਾ ਕਿਉਂ ਜੀ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ 24 ਘੰਟਿਆਂ ਦੇ ਅੰਦਰ ਅੰਦਰ ਇਨਸਾਫ਼ ਦੇਵਾਂਗੇ ਸਰਕਾਰ ਬਣਾ ਦਿਓ ਅੱਜ ਤੇ ਸਵਾ ਸਾਲ ਹੋ ਗਿਆ ਇੱਕ ਵਾਰੀ ਵੀ ਇਹ ਨਹੀਂ ਕਿਹਾ ਗਿਆ ਆਜੋ ਭਾਈ ਤੁਹਾਨੂੰ ਇਨਸਾਫ਼ ਦੇ ਦਈਏ ਗੁਰੂ ਗ੍ਰੰਥ ਸਾਹਿਬ ਤੁਹਾਡੇ ਨਹੀਂ ਸਾਡੇ ਵੀ ਨੇ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਰੋਸਾ ਹੈ ਇਹ ਯਾਦ ਰੱਖਿਓ ਅੰਦਰ ਖਾਤੇ ਮਿਲੇ ਹੋਏ ਨੇ ਵੀ ਤੇਰੀ ਸਰਕਾਰ ਆ ਗਈ ਤੂੰ ਨਾ ਮੈਨੂੰ ਕੁਝ ਕਹੀਂ ਤੇ ਅੱਜ ਮੈਂ ਨਹੀਂ ਤੈਨੂੰ ਕੁਝ ਕਹਿੰਦਾ ਬਸ ਆਹੀ ਹੈ ਨਾ ਜੀ ਸਮਝੌਤੇ ਹੋਏ ਹੋਏ ਨੇ ਇਹਨਾਂ ਲੋਕਾਂ ਦੇ ਕਹਿੰਦੇ ਨੇ ਸਰਕਾਰਾਂ ਮੂਰੇ ਕੋਈ ਕੰਮ ਅੜਦਾ ਯਾਦ ਰੱਖਿਓ ਮਸਤੂਆਣਾ ਸਾਹਿਬ ਦੇ ਵਿੱਚ ਬਣਨ ਵਾਲਾ ਮੈਡੀਕਲ ਕਾਲਜ ਉਹਨੂੰ ਲੈ ਕੇ ਭਗਵੰਤ ਮਾਨ ਕਾਫੀ ਐਕਟਿਵ ਹੈ ਭਗਵੰਤ ਮਾਨ ਕਹਿੰਦਾ ਸਰਕਾਰਾਂ ਤੋਂ ਕੋਈ ਕੰਮ ਅੜਿਆ ਕੋਈ ਨਹੀਂ ਅੜਿਆ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀਂ ਦਾ ਇਨਸਾਫ ਦੇਣ ਵਾਲਾ ਕੰਮ ਤੇ ਸਰਕਾਰਾਂ ਤੋਂ ਅੜਿਆ ਹੀ ਸਮਝੀਏ ਵੀ ਇਹਨਾਂ ਤੋਂ ਅੜ ਗਿਆ ਜਿਨ੍ਹਾਂ ਦੇ ਬਸ ਦੀ ਗੱਲ ਨਹੀਂ ਹੈਗੀ ਕਹਿੰਦੇ ਜੀ ਸਰਕਾਰਾਂ ਤੋਂ ਕੋਈ ਕੰਮ ਨਹੀਂ ਅੜਿਆ ਪਰ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਹੋਇਆ ਇਹ ਸਰਕਾਰਾਂ ਤੋਂ ਕੰਮ ਮੜ ਗਿਆ। ਸਾਧ ਸੰਗਤ ਅਮਰਿਤਪਾਲ ਸਿੰਘ ਤੇ ਕਾਰਵਾਈ ਕਰਕੇ ਇਹ ਗੱਲ ਸਾਬਤ ਕਰਦੀ ਕਿ ਗੁਰੂ ਗ੍ਰੰਥ ਸਾਹਿਬ ਤੇ ਕੀ ਸਿੱਖਾਂ ਦੇ ਉੱਤੇ ਜਿੰਨਾ ਜ਼ੁਲਮ ਹੋਊਗਾ ਉਹਦੇ ਉਹਦੇ ਪੱਖ ਦੇ ਵਿੱਚ ਅਸੀਂ ਰਹਾਂਗੇ ਤੇ ਯਾਦ ਰੱਖਿਓ ਜੇ ਕਾਰਵਾਈਆਂ ਕਰਨੀਆਂ ਪਈਆਂ ਅਸੀਂ ਮੂਰੇ ਹੋਵਾਂਗੇ ਪਰ ਇਨਸਾਫ ਦੇਣ ਦੀ ਗੱਲ ਹੈ ਉਹ ਅਸੀਂ ਕਦੇ ਨਹੀਂ ਹੋਣ ਦੇਵਾਂਗੇ। ਨਾ ਅਸੀਂ ਇਨਸਾਫ ਦਈਏ ਤੇ ਨਾ ਇਹਨਾਂ ਨੂੰ ਮੰਗਣ ਦਈਏ। ਨਾ ਅਸੀਂ ਇਨਸਾਫ ਦੇਣਾ ਹੈ। ਤੇ ਨਾ ਇਹਨਾਂ ਨੂੰ ਮੰਗਣ ਦੇਣਾ ਬਸ ਗੱਲ ਤੇ ਇਹ ਹੈ ਨਾ ਜੀ ਲਗਾਤਾਰ ਇਹ ਗੱਲ ਚੱਲਦੀ ਹੈ ਸਾਧ ਸੰਗਤ ਇਸ ਕਰਕੇ ਆਪਾਂ ਸੁਚੇਤ ਹੋਈਏ ਅਮਰਿਤਪਾਲ ਸਿੰਘ ਨੂੰ ਮਰਵਾਇਆ ਜਾ ਸਕਦਾ ਹੈ ਉਹਨੂੰ ਪਾਗਲ ਕਰਾਰ ਦੇ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਚਿਰ ਪ੍ਰੋਪਰ ਰਿਹਾਈ ਹੋ ਕੇ ਸਾਡੇ ਵਿੱਚ ਨਹੀਂ ਪਹੁੰਚਦੇ ਉਹਨਾਂ ਚਿਰ ਕਿਸੇ ਵੀ ਚੀਜ਼ ਨੂੰ ਸਾਹਮਣੇ ਰੱਖ ਕੇ ਚੱਲਣਾ ਟੀਚਾ ਬਣਾ ਕੇ ਬੇਫਕੂਫੀ ਹੋਊਗੀ ਆਖਰ ਸਾਡੇ ਸੋਚਣ ਤੋਂ ਉਲਟ ਵੀ ਕੁੱਤਨਾ ਕਿਤੇ ਕੁਝ ਇਹ ਲੋਕ ਕਰ ਸਕਦੇ ਨੇ ਇਹ ਗੱਲ ਯਾਦ ਰੱਖਿਓ ਸਾਧ ਸੰਗਤ ਸੰਗਤ ਇਕੱਤਰਤ ਹੋਵੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ